ਬਹੁਤ ਹੀ ਵਧੀਆ ਰਸੋਈ ਹੈ ਕਹਿੰਦਾ ਐਨ ਘਰੇ ਭੱਤ ਪਾ ਕੇ ਦਿੰਦੇ ਹਰ ਆਈਟਮ ਕਿੰਨੀਆਂ ਆਈਟਮਾਂ ਭਾਈ ਨੌ ਜੀ ਨੌ ਆਈਟਮਾਂ ਦੇਖੀ ਦਿਆ ਉਹਨਾਂ ਨਜ਼ਾਰੇ ਰਾਇਤੇ ਨਾ ਬੰਦੇ ਖੁਸ਼ ਹੋ ਜਾਂਦੇ ਸਭ ਨੇ ਇਹਨਾਂ ਰਸੋਈਏ ਸਾਡੇ ਬੜੇ ਘੈਂਟ ਹਿਮਾਚਲ ਦੇ ਨਜ਼ਾਰੇ ਇੱਥੋਂ ਨਹੀਂ ਰਹਿੰਦੇ ਕੋਈ ਵੀ ਗੁਬਾਰੇ ਕਹਿੰਦਾ ਦੇਖਾ ਭੱਤ ਹਰ ਬੰਦਾ ਖੁਸ਼ ਹੋ ਜਾਂਦਾ ਕਿਉਂਕਿ ਇੱਥੋਂ ਖਵਾਉਂਦੇ ਵੀ ਹਨ ਬਿਠਾ ਕੇ ਕਹਿੰਦਾ ਘਰੇ ਵੀ ਦਿੰਦੇ ਨਹੀਂ ਕਹਿੰਦਾ ਐਨ ਸਾਰੀਆਂ ਆਈਟਮਾਂ ਪਾਈ ਪਾਈ ਕੇ ਲਿਫਾਫੇ ਬੰਨੀ ਬੰਨੀ ਕੇ ਚਾਹੇ ਦੋ ਦਿਨ ਖਾਂਦੇ ਰਿਹਾ ਕਰ ਜਾਏ ਨੇ ਇਹ ਸਿਰਫ ਜ਼ਿਆਦਾਤਰ ਹਿਮਾਚਲ 'ਚ ਹੀ ਰਿਵਾਜ ਨੇ ਬਾਈ ਇਹ ਰਸੋਈਆ ਸਾਡੇ ਜਾਹ ਦੇ ਲਿਫਾਫੇ ਲੈ ਲਏ ਨੇ ਚੰਗਾ